ਬੱਚਿਆਂ ਦਾ ਭਵਿੱਖ ਸਵਾਰਨ ਵਾਲੇ ਅਧਿਆਪਕ ਅੱਜ ਖੁਦ ਆਪਣੇ ਭਵਿੱਖ ਲਈ ਸਰਕਾਰ ਦੇ ਤਰਲੇ ਕਰ ਰਹੇ ਨੇ। ਤਨਖਾਹ ਨੂੰ ਲੈ ਕੇ ਜਾਂ ਫਿਰ ਪੱਕੇ ਹੋਣ ਲਈ ਅਧਿਆਪਕਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਪੰਜਾਬ ਭਰ 'ਚ ETT ਦੇ ਅਧਿਆਪਕਾਂ ਵੱਲੋਂ ਰੋਸ ਜਤਾਇਆ ਜਾ ਰਿਹਾ। ਖਬਰ ਸੰਗਰੂਰ ਤੋਂ ਹੈ, ਜਿੱਥੇ ETT ਦੇ ਅਧਿਆਪਕਾਂ ਵੱਲੋਂ ਭੁੱਖ ਹੜਤਾਲ 'ਤੇ ਬੈਠਿਆਂ ਨੂੰ ਤੀਜਾ ਦਿਨ ਹੋ ਗਿਆ, ਜਿਸ 'ਚ ਅਧਿਆਪਕਾਂ ਦੀ ਸਿਹਤ ਖਰਾਬ ਹੁੰਦੀ ਨਜ਼ਰ ਆ ਰਹੀ ਹੈ। ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਦਾ ਕਹਿਣਾ ਕਿ ਪੰਜਾਬ ਸਰਕਾਰ ਵੱਲੋਂ ਨਵੀਆਂ ਨੀਤੀਆਂ ਦਾ ਐਲਾਨ ਕਰਕੇ ਉਹਨਾਂ ਨਾਲ ਧੱਕਾ ਕਰ ਰਹੀ ਹੈ। ਨਾਲ ਹੀ ਉਹਨਾਂ ਮੰਗ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ +2 ਦੇ ਆਧਾਰ 'ਤੇ ਭਰਤੀ ਕੀਤਾ ਜਾਵੇ। ਸਾਨੂੰ ਅੱਜ ਤੀਜਾ ਦਿਨ ਹੋ ਗਿਆ ਜੀ ਭੁੱਖ ਹੜਤਾਲ 'ਤੇ ਬੈਠਿਆਂ ਨੂੰ। ਟੈਂਕੀ 'ਤੇ ਵੀ ਸਾਡੇ ਸਾਥੀ ਬੈਠੇ ਆ, ਅਤੇ ਸਾਡੇ ਹੁਣ ਮਤਲਬ ਇਹ ਤਾਂ ਹੁਣ ਸਾਨੂੰ 3 ਦਿਨ ਹੋਏ, ਅਸੀਂ ਤਾਂ 3 ਸਾਲਾਂ ਤੋਂ ਸੰਘਰਸ਼ ਕਰਦੇ ਆ ਰਹੇ ਹਾਂ, ਸਰਕਾਰ ਦੇ ਝੂਠੇ ਲਾ ਰਿਹਾ ਤੋਂ ਅਸੀਂ ਅੱਕੇ ਪਏ ਹਾਂ। ਸਾਨੂੰ ਨਿੱਤ ਮਿੱਠੀਆਂ ਗੋਲੀਆਂ ਮਿਲਦੀਆਂ, ਮੀਟਿੰਗ ਕਰ ਲਓ, ਅਸੀਂ ਮੀਟਿੰਗ ਨਹੀਂ ਕਰਨਾ। ਇਹ ਸਾਡੇ ਜਿਹੜੇ ਹੱਲ ਮਸਲੇ ਆ, ਸਾਡੀ ਭਰਤੀ +2 ਦੇ ਬੇਸ 'ਤੇ ਹੋਵੇ, ਟੈਟ ਦੇ ਆਧਾਰ 'ਤੇ ਹੋਵੇ, ਜੋ ਸਾਡੇ 'ਤੇ ਤਲਵਾਰਾਂ ਲਟਕਾਈਆਂ ਜਾ ਰਹੀਆਂ ਕਿ BA ਕਰੋ, ਇਹ ਅਸੀਂ ਮਤਲਬ ਇਸ ਚੀਜ਼ ਨੂੰ ਅਸੀਂ ਨਹੀਂ ਮੰਨਦੇ। ਸਾਡੇ ਨਾਲ ਧੱਕਾ ਹੋ ਰਿਹਾ, ਸਾਨੂੰ ਇਨਸਾਫ਼ ਚਾਹੀਦਾ। ਸਾਡੀ ਹੋਰ ਕੋਈ ਮੰਗ ਨਹੀਂ ਹੈਗੀ, ਸਾਨੂੰ ਨਿਰੋਲ ਟੈਟ ਦੇ ਆਧਾਰ 'ਤੇ +2 ਦੇ ਆਧਾਰ 'ਤੇ ਨਵਾਂ ਨੋਟੀਫਿਕੇਸ਼ਨ ਆਇਆ ਜਾਂ ਕੱਢਿਆ ਜਾਵੇ, ਔਰ ਸਾਡੇ ਜਿਹੜੇ ਸਾਥੀ ਹੈਂਡੀਕੈਪਟ ਵਾਲੇ ਆ, ਫਰੀਡਮ ਫਾਈਟਰ ਬੈਕਲੋਗ ਦੀ ਭਰਤੀ ਆ, ਉਹਨਾਂ ਨੂੰ ਜਿਹੜੀ +2 ਦੇ ਆਧਾਰ 'ਤੇ ਉਹਨਾਂ ਨੂੰ ਜੁਆਇਨਿੰਗ ਕਰਾਈ ਜਾਵੇ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਸਾਡੀ ਜਿਹੜੀ ਭਰਤੀ ਹੈਗੀ ਹੈ ਉਹ +2 ਬੇਸ 'ਤੇ ਕੀਤੀ ਜਾਵੇ, ਅਤੇ ਇਹ ਜਿਹੜੀ ਸਰਕਾਰ ਨੇ BA ਦੀ ਜਿਹੜੀ ਮੰਗ ਕੰਡੀਸ਼ਨ ਲਗਾਈ ਹੋਈ ਹੈ ਇਹਨੂੰ ਹਟਾਇਆ ਜਾਵੇ, ਅਤੇ ਜਲਦੀ ਤੋਂ ਜਲਦੀ ਸਾਡੀਆਂ ਜਿਹੜੀਆਂ ਪੋਸਟਾਂ ਹੈਗੀਆਂ ਉਹ ਕੱਢੀਆਂ ਜਾਣ, ਅਤੇ ਸਾਨੂੰ ਜਿਹੜਾ ਹੈਗਾ ਰੁਜ਼ਗਾਰ ਮੁਹੱਈਆ ਕਰਾਇਆ ਜਾਵੇ। ਮੁਸ਼ਕਿਲ ਤਾਂ ਜੀ ਝੱਲ ਹੀ ਰਹੇ ਆ, ਤੁਹਾਨੂੰ ਦੇਖ ਹੀ ਰਹੇ ਹੋ, ਬਸ ਸਾਡੀ ਤਾਂ ਇਹੀ ਹੈ ਵੀ ਮੰਗ ਹੈ ਵੀ ਸਰਕਾਰ ਸਾਡਾ ਜਲਦੀ ਤੋਂ ਜਲਦੀ ਹੱਲ ਜਿਹੜਾ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ TV।